ਆ ਗਿਆ ਆਪਣਾ ਚਿੱਟਾ ਚੋਲ। ਵੋਟ ਪਾਣੀ ਹੈ ਬਾਈ, ਪੂਰੀ ਜ਼ਿੰਦਗੀ ਦੀ ਪਹਿਲੀ ਵੋਟ ਪਾਉਂਗੇ। ਮੈਂ ਕਿਹਾ ਮਹੀਨਾ ਹੋਰ ਇਹਨਾਂ ਲਾ ਲਈ ਆਪਾਂ, ਪਹਿਲੀ ਵੋਟ ਦਾ ਪਹਿਲਾ ਸਰਟੀਫਿਕੇਟ ਬਾਬੇ ਸ਼ਬੀਰ। ਅੱਗੇ ਮੋੜ ਹੈ, ਅਸੀਂ ਉੱਥੋਂ ਮੁੜ ਕੇ ਗਏ ਹੈ। ਕਹਿੰਦੇ ਜਿੰਮ ਦਾ ਅਸਰ ਦਿਖਦਾ ਮੁੰਡੇ ਪਰ। ਹੇ ਸਿਰੀ, ਸਟੋਪ ਪਲੇਇੰਗ। ਤਾਂ ਹੈਲੋ ਯਾਰ, ਸਤਿ ਸ਼੍ਰੀ ਅਕਾਲ ਅਤੇ ਵੈਲਕਮ ਬੈਕ ਟੂ ਦੀ ਚੈਨਲ। ਉਮੀਦ ਕਰਦਾ ਸਾਰੇ ਵਧੀਆ ਹੋਊਗੇ। ਬੜੇ ਟਾਈਮ ਬਾਅਦ ਮੇਰੇ ਖਿਆਲ 'ਤੇ, ਕਦ ਮੈਂ ਲਾਸਟ ਬਲੋਗ ਕਰਿਆ ਹੋਇਆ ਮੈਨੂੰ ਆਪ ਨੂੰ ਨਹੀਂ ਯਾਦ। ਮੇਰੇ ਖਿਆਲ 'ਤੇ ਬਰਥਡੇ ਦਾ ਬਲੋਗ ਤਾਂ ਉਹ ਹਰਮੀਤ ਦਾ, ਪਤਾ ਨਹੀਂ ਕਿਹਦਾ। ਤਾਂ ਫਾਈਨਲੀ ਅੱਜ ਬਲੋਗ ਕਰ ਰਹੇ, ਤਰੀਕ ਮੇਰੇ ਖਿਆਲ 'ਤੇ 30 ਅੱਜ ਤਰੀਕ ਹੈ, 30 ਮਈ, ਇੰਨੇ ਦਿਨਾਂ ਬਾਅਦ। ਤਾਂ ਮੈਂ ਕਹਿ ਦਿੱਤਾ ਅੱਜ ਮੈਨੂੰ ਜ਼ਰੂਰੀ ਕੰਮ ਹੈ, ਤਾਂ ਉੱਪਰ ਰਸਤੇ ਮੈਂ ਕਰਦਾ, ਕਿਉਂਕਿ ਮਾਤਾ ਜੀ ਦਾ ਫੋਨ ਆਇਆ ਵਾ ਅਤੇ ਆਪਾਂ ਨੂੰ ਵੀ ਕਾਹਲੀ ਹੈ ਹਲੇ। ਤਾਂ ਬਾਬਾ ਗੱਲ ਕੁਛ ਇਵੇਂ ਹੈ, ਕਿਉਂਕਿ ਆਪਾਂ ਹੁਣ 5ਵੇਂ ਸਮੈਸਟਰ ਮੈਂ ਹੋਣੇ ਵਾਲੇ ਹੈ, ਤਾਂ ਉਸ ਤੋਂ ਪਹਿਲਾਂ ਆਪਾਂ ਨੂੰ ਟ੍ਰੇਨਿੰਗ ਜ਼ਰੂਰੀ ਹੈ PTO ਦੇ ਸਿਲੇਬਸ ਦੇ ਅਕੋਰਡਿੰਗ। ਤਾਂ ਕਈ ਕੰਪਨੀਆਂ ਤੋਂ, ਇੱਕ ਕੰਪਨੀ ਹੈ ਉੱਥੇ ਜਾ ਰਿਹਾ ਅੱਜ ਪਤਾ ਕਰਨ, ਜੇ ਮੈਨੂੰ ਉੱਥੇ ਮਿਲ ਜਾਵੇ ਜਗ੍ਹਾ ਟ੍ਰੇਨਿੰਗ ਕਰਨ ਦੀ ਤਾਂ ਬੈਸਟ ਆਫ ਲੱਕ ਹੈ, ਕਿਉਂਕਿ ਪਹਿਲਾਂ ਤਾਂ ਮੈਂ ਮਨਾ ਕਰ ਰਿਹਾ ਅਤੇ ਮੈਂ ਕੰਮ ਸੋਚ ਰਿਹਾ ਕਿ ਮੈਨੂੰ ਥੋੜ੍ਹੇ ਬਹੁਤ ਨਾ, ਕਿਉਂਕਿ ਮੇਰੇ ਚੀਜ਼ ਦੀ ਉਹ ਸੈੱਟ ਕਰਾਉਣ ਨੂੰ ਹੈ ਬਈ, ਤਾਂ ਉਹਦੇ ਲਈ ਪੈਸੇ ਇਕੱਠੇ ਕਰਨੇ ਤੇ। ਬਟ ਕੋਈ ਨਹੀਂ, ਦੇ ਹੋਰ ਕੁਛ ਨਾ ਅਲਟਰਨੇਟਿਵ ਤਾਂ ਲੱਭੋਗੇ ਜੋ ਪਹਿਲਾਂ ਕੰਮ ਸੋਚਿਆ ਤਾਂ ਉਸ ਤੋਂ ਇਲਾਵਾ, ਕਿਉਂਕਿ ਟ੍ਰੇਨਿੰਗ ਨੇ ਉਹ ਟਾਈਮ ਦੇ ਲੈਣਾ ਮੇਰਾ। ਬਾਕੀ ਹਾਲੇ ਮੈਂ ਹੈਪੀ ਦਾ ਜਾ ਰਿਹਾ, ਹੈਪੀ ਨਾਲ ਜਾ ਰਿਹਾ, ਇਕੱਲੇ ਜਾਣ ਦਾ ਜੱਕ ਅੱਕ ਜਾਣ ਦਾ ਅੱਕ ਅਜੀਬ ਜਿਹਾ ਲੱਗ ਰਿਹਾ, ਜਾਣ ਦਾ ਦਿਲੇ ਨਹੀਂ ਕਰ ਰਿਹਾ ਤਾਂ ਮੈਂ ਹੈਪੀ ਨਾਲ ਜਾ ਰਿਹਾ। ਬਾਕੀ ਦੇਖਦੇ ਕਿਆ ਗੱਲਬਾਤ ਬਣਦੀ ਉੱਥੇ। ਯੋ ਹੈਪੀ ਬ੍ਰੋ, ਵੈਲਕਮ ਟੂ ਬਲੌਗ। ਚੱਲ ਆਇਆ, ਸਹੀ ਤਾਂ ਲੱਗ ਰਿਹਾ ਵੈਸੇ। ਹੈਪੀ ਡੋਨ ਡੋਲੇ ਐਨ ਦਿਖਦੇ ਮੁੰਡੇ, ਤੇ ਜਿੰਮ ਦਾ ਅਸਰ ਦਿਖਦਾ ਮੁੰਡੇ ਪਰ। ਬ੍ਰੋ ਹੁਣ ਇੰਡੀਕੇਟਰ ਸੈੱਟ ਕਰਾਈਏ ਪਹਿਲਾਂ, ਲੈਟਸ ਗੋ। ਬਾਬੇ ਹੋ ਪਹੁੰਚੇ, ਬੋਲੋ। ਆ ਇਲੈਕਸ਼ਨ ਆ ਜੋਰ ਪੂਰਾ, ਤੇ ਆਪਾਂ ਵੋਟ ਵੀ ਪਾਣੀ ਆ, ਤੇਰੀ ਤਾਂ ਅਗਲੇ ਸਾਲ ਪਾਉਣੂਗੀ। ਐਤਕੀ ਮੇਰੀ, ਗੋਰੇ ਦੀ ਅਤੇ ਅਰਸ਼ ਦੀ, ਹਰਮੀਤ ਦੀ ਵੀ ਹੈਗੀ ਆ ਸ਼ਾਇਦ, ਹਰਮੀਤ ਨਾ, ਹਰਮੀਤ ਦੀ ਨਹੀਂ। ਫਿਰ ਉਹਦੇ 'ਤੇ ਠੀਕ ਕਰਾ ਕੇ, ਜਾਂ ਮੈਨੂੰ ਉਹਦਾ ਤੁਹਾਡਾ ਡਰੈਸ ਨਹੀਂ ਮਿਲ ਰਿਹਾ, ਜਿਹੜੀ ਜਿੱਥੇ ਜਾਣਾ ਹੈ ਉੱਥੇ ਜਾਣਾ ਹੈ ਬਸ। ਬ੍ਰੋ ਲੈਟਸ ਗੋ, ਹੈਪੀ। ਓਏ ਮੈਂ ਕਿਹਾ ਮਹੀਨਾ ਹੋਰ ਇਹਨਾਂ ਲਾ ਲਈਏ ਆਪਾਂ। ਪਰਫੈਕਸ਼ਨ ਬ੍ਰੋ, ਪਰਫੈਕਸ਼ਨ। ਆਵਾਜ਼ ਰਿਕਾਰਡ ਹੋ ਰਹੀ ਹੈ ਪਤਾ ਨਹੀਂ, ਪਰਫੈਕਸ਼ਨ ਬ੍ਰੋ। ਉਹ ਟੇਬੀ ਦਾ ਜਿਹੜਾ ਟੇਬੀ ਨਹੀਂ ਹੋਈ, ਲਓ ਵੀ ਬਾਬੇ ਹੋ ਗਈ ਆਪਣੀ ਫਲੈਟ ਸੈੱਟ ਤੇ ਹੁਣ ਚੱਲੀਏ। ਉਹ ਤੋਂ ਟਾਈਮ ਲੰਚ ਬ੍ਰੇਕ ਤਾਂ ਹੋਇਆ ਬਈ ਹੋਣਾ ਵੈਸੇ, ਜੇ ਉਹ ਫਿਰ ਵੀ ਆਪਣਾ ਕੰਮ ਫੜ ਜਾਵੇ ਤਾਂ ਵਧੀਆ ਗੱਲ ਹੈ। ਹੋ ਵੀ ਗਏ ਹੈ, ਵਾਏ ਬੇਬੀ ਵਾਏ। ਬਾਬੇ ਸ਼ਬੀਰ, ਉਹ ਸ਼ਬੀਰ ਰੋਗ ਬਾਬੇ। ਹੈਪੀ ਬਾਈ ਸਿਨੇਮੈਟਿਕਸ। ਲੋ ਬਾਬੇ ਪੀਕੇ ਨਿਕਲੀਏ, ਜ਼ਰੂਰੀ ਕੰਮ ਨੇ ਬੇੜ ਲਏ ਹੁਣ ਤਾਂ। ਬਾਬੇ ਵੀ ਜਿੰਨੀ ਆਪਣੇ ਤੋਂ ਸ਼ਰਧਾ ਹੁੰਦੀ ਉੱਨੀ ਪਾਈ ਹੈ ਜੀ, ਕਿੱਥੇ ਪਤਾ ਨਹੀਂ ਕਿੱਥੇ। ਲੈਟਸ ਗੋ ਬਾਬੇ, ਆਪਣਾ ਹੋ ਗਿਆ ਅਜੇ ਦੁਆਰਾ ਵੀ ਨਹੀਂ ਪੀ ਲੈਂਦੇ ਰਾਈਟ ਸਾਈਡ ਦਾ ਵੀ ਮਤਲਬ। ਓ ਓਕੇ।
ਹੈਪਨ ਬ੍ਰੋ 2 ਮਿੰਟ ਇੱਥੇ ਆਏ ਤੇ ਯਾਰ ਇਧਰ ਆਨਲਾਈਨ ਸ਼ੋਅ ਕਰ ਰਹੇ ਹੈ ਇੱਕ ਮਿੰਟ ਵੀ ਧੋਖਾ ਕਰ ਗਿਆ ਬਾਕੀ ਮੈਂ ਕਹਿ ਰਿਹਾ ਆਨਲਾਈਨ ਇੰਟਰਨੈਟ ਤੇ ਸ਼ੋਅ ਕਰ ਰਹੇ 218 ਅਸੀਂ ਪੂਰੀ ਇੰਡਸਟਰੀ ਏਰੀਆ ਮਾ ਉਹ ਕਹਿੰਦੇ ਕਿ ਉਹਦੇ ਤਾਂ ਬੰਦ ਪਈ ਉਹਨਾਂ ਦਾ ਆਪਣਾ 10 8 20 ਮ ਸ਼ਿਫਟ ਕਰਿਆ ਫਿਰ ਤੇ ਬਸ ਜਾ ਰਹੇ ਉੱਥੇ ਕਲੋਲ ਹੋ ਗਈ ਬਟ ਹੈਲਪ ਤੇ ਪੱਕਾ ਗੱਲ ਬਣ ਗੁੱਸਾ ਬਹੁਤ ਆਣਾ ਨਹੀਂ ਕਟੋਗੇ ਹੁਣ ਆਪਾਂ ਬਾਬੇ ਸ਼ੁਕਰ ਹੈ ਦਿਖ ਗਿਆ ਬੋਰਡ ਬੋਰਡ ਦਿਖ ਗਿਆ ਹੈ ਇੰਨਾ ਧੱਕੇ ਨਾਲ ਘੁੰਮ ਗਿਆ ਨਾ ਪਿਆ ਬਾਕੀ ਹੁਣ ਦੇਖਦੇ ਗੱਲ ਮੈਨੂੰ ਕਰੀ ਆਪਣਾ ਕੰਮ ਹੋ ਗਿਆ ਬ੍ਰੋ ਸ਼ੁਕਰ ਹੈ ਕਿਤੇ ਤਰ੍ਹਾਂ ਬਾਈ ਅੱਗੇ ਮੋੜ ਹੈ ਅਸੀਂ ਉੱਥੋਂ ਮੁੜ ਕੇ ਗਏ ਹੈ ਉੱਥੋਂ ਮੁੜ ਕੇ 9 ਵਜੇ ਪਹੁੰਚੇ ਵਾਕ ਮਾਰੇ ਸੀ ਆਹ 2 ਡਿੰਗਾ ਬੱਤਾ ਬਾਕੀ ਹੁਣ ਦੇਖਦੇ ਆਪਣੀਆਂ ਤਰੀਕਾਂ ਤਾਂ ਪੱਕੀਆਂ ਹੋ ਗਈਆਂ ਬਾਕੀ ਮੈਂ ਚਲਾਉਂਦਾ ਹੁਣ ਦੇ ਉੱਪਰੋਂ ਮੜੇ ਹੱਥ ਆਪਾਂ ਸੈੱਟ ਕਰੀਏ ਕੁਝ ਖਾਂਦੇ ਪੀਂਦੇ ਫਿਰ ਘਰ ਵੜਦੇ ਵਾਹ ਜੀ ਵਾਹ ਨਜ਼ਾਰਾ ਹੀ ਬੰਨਿਆ ਪਿਆ ਵੀ ਅੱਜ ਲੋਕਾਂ ਕਿਆ ਕਹੀਏ ਹੁਣ ਮੈਨੂੰ ਸ਼ਬਦ ਭੁੱਲ ਗਿਆ ਮੈਂ ਕਿਹਾ ਬਾਬੇ ਸ਼ਵੀਰ ਵੀ ਗਏ ਤਨ ਤਨ ਹੋ ਗਿਆ ਤੇ ਹੁਣ ਬਸ ਖਾਈਏ ਕੁਲਚੇ ਯਾ ਬਰੋ ਹੁਣ ਕੁਲਚਿਆਂ ਦੀ ਬਾਰੀ ਆਪਾਂ ਬੰਨੂਗੇ ਘੱਟ ਉਹ ਵੀ ਬਾਬੇ ਪਹੁੰਚ ਗਏ ਸਵਾਦ ਹੈ ਬਾਬੇ ਆ ਪੀ ਕੇ ਜਾਇਆ ਕਰਨਾ ਬ੍ਰੋ ਲੈਟਸ ਗੋ ਚਾਬੀ ਐਂਡ ਘਰ ਵਾਪਸੀ ਆ ਵੈਸੇ ਸਵਾਦ ਤਾਂ ਜਿਹੜੀ ਵੀ ਚੀਜ਼ ਤੀ ਆਹ ਬਸ ਸਵਾਦ ਲੱਗੀ ਐਂ ਹੈਪੀ ਦੀ ਫਰਮਾਇਸ਼ ਤੇ ਅੱਜ ਆਪਾਂ ਨੇ ਨਵੀਂ ਚੀਜ਼ ਟਰਾਈ ਕਰੀ ਬਾਕੀ ਆਪਣਾ ਕੰਮ ਬਣ ਗਿਆ ਅੱਜ ਦਾ ਹੁਣ ਹੈਗਾ 3 ਦਿਨ ਦਾ 2 ਦਿਨ ਦਾ ਹੋਰ ਕੰਮ ਇੱਕ ਤਾਂ ਹੋਏ ਜਾਣਾ ਬਾਈ ਉਹਦੀ ਆਪਾਂ ਨੂੰ ਕੋਈ ਨਹੀਂ ਟੈਨਸ਼ਨ ਨਹੀਂ ਵੋਟ ਪਾਣੀ ਹੈ ਬਾਈ ਪੂਰੀ ਜ਼ਿੰਦਗੀ ਦੀ ਪਹਿਲੀ ਵੋਟ ਪਾਉਂਗੇ ਆਪਣੇ ਕੋਲ ਆ ਗਿਆ ਆਪਣਾ ਕਿਆ ਹੁੰਦਾ ਸ਼ਨਾਖਤੀ ਕਾਰਡ ਜਿਹੜਾ ਆਪਾਂ ਕਹਿੰਦੇ ਹੈ ਸ਼ਨਾਖਤੀ ਕਾਰਡ ਵੋਟਰ ਆਈ ਡੀ ਅੰਗਰੇਜ਼ੀ ਮੈਂ ਜਿਹਨੂੰ ਵੋਟਰ ਆਈ ਡੀ ਕਹਿੰਦੇ ਆ ਬਾਕੀ ਇੱਥੇ ਤਾਂ ਵੈਸੇ ਮੁੱਕ ਲਈ ਉਹ ਪਤਾ ਮੇਰੇ ਖਿਆਲ 'ਤੇ ਤਾਂ ਬਾਈ ਉਹ ਮੋਕਟੇਲ ਕੋਕਟੇਲ ਜੋ ਵੀ ਕਹਿ ਲਓ ਹੁਣ ਉਹ ਤੀ ਸਵਾਦ ਤੀ ਵੈਸੇ ਇੱਦਾਂ ਵੀ ਆਪਣੇ ਕੋਲ ਟੈਂਪਲੇਟ ਤਾਂ ਹੈ ਨਹੀਂ ਬਟ ਆਪਾਂ ਫਿਰ ਵੀ ਕਹਿੰਦੀ ਦੀ ਨੈਕਸਟ ਡੇ ਬਾਕੀ ਮੈਂ ਇੱਕ ਗੱਲ ਦੇਖੀ ਮੇਰੀ ਪਲੈਨਿੰਗ ਦੇ ਹਿਸਾਬ ਨਾਲ ਕਦੀ ਕੋਈ ਚੀਜ਼ ਹੋਊਗੀ ਮੇਰਾ ਪਲੈਨ ਤਾਂ ਥੋੜ੍ਹਾ ਜਿਹਾ ਮਤਲਬ ਕਚਹਿਰੀ ਵਾਲੇ ਆਪਣੇ ਕੰਮ ਨਿਬੇੜ ਲਏ 2-3 ਤੇ 2-3 ਕੇ ਇੱਕ ਕੰਮ ਤਾਂ ਬਟ 2-3 ਦੇ ਬਰਾਬਰ ਤਾਂ ਉਹੀ ਤਾਂ ਬਟ ਸਵੇਰੇ ਸਵੇਰੇ ਉੱਠਿਆ ਹੈਪੀ ਦੇ ਭਰਾ ਦਾ ਫੋਨ ਆਇਆ ਫਿਰ ਉਹਨੂੰ ਦੇਖਣ ਜਾਣਾ ਹੈਪੀ ਮੰਨ ਨਹੀਂ ਰਿਹਾ ਬਟ ਫੋਰਚੁਨੇਟਲੀ ਉਹ ਮੰਨ ਗਿਆ ਬਟ ਆਪਾਂ ਵੀ ਹੁਣ ਨਾਲ ਜਾ ਰਹੇ ਫਿਰ ਉਹਨੂੰ ਦੇਖਣ ਮੈਂ ਹਾਲੇ ਬਣਾਏ ਨਹੀਂ ਹੋ ਰਹੇ ਯਾਰ ਬਾਕੀ ਕੋਈ ਚੱਕਰ ਨਹੀਂ ਹੋਣਾ ਕਰੂੰਗੇ ਮਾੜੇ ਮੋਟੇ ਰੈਗੂਲਰ ਬ੍ਰੋ ਰੈਗੂਲਰ ਤਾਂ ਨਹੀਂ ਆਉਂਦੇ ਫਿਰ ਵੀ ਦੇਖਦੇ ਕੱਢ ਚੱਲ ਬਾਈ ਉੱਧਰ ਇਹ ਲੈਟਸ ਗੋ ਮਾਈਸ ਆ ਬਸ ਗੋਡਰੀ ਪਰ ਇਹ ਲੋਕ ਗਾਈਸ ਪਹੁੰਚ ਗਏ ਕੁਆਲਿਟੀ ਫਿਰ ਕੋਈ ਮਰੀ ਵੀ ਹੋਣੀ ਹੈ ਕਿ ਤਾਂ ਹੈਪੀ ਆਪਣੇ ਫੋਨ ਪਰ ਲੱਗਿਆ ਨਹੀਂ ਚਾਹੀਦਾ ਫੋਨ ਲੈ ਲੈਂਦਾ ਆਪਾਂ ਲੋਕਾਂ ਨੂੰ ਬਟ ਨਹੀਂ ਆਵਾਜ਼ ਦੀ ਚੈਕ ਹੀ ਨਹੀਂ ਚੱਲੂ
ਵਾਹ ਜੀ ਵਾਹ। ਮੈਂ ਗੱਲ ਅੱਜ ਚਮਤਕਾਰ ਹੋਇਆ ਵਾ ਜੀ, ਲਿਫਟਾਂ ਚੱਲ ਰਹੀਆਂ ਏ, ਉਦਣ ਕੋਈ ਲਿਫਟ ਨਾ ਚੱਲੇ। ਉਹ ਤਾਂ ਕਿੱਦਾਂ ਲੱਗਿਆ ਵਾ, ਚੱਲਦਾ ਹੀ ਨਹੀਂ ਹੈਗਾ। ਉਹ ਇੱਕ ਵਾਰੀ ਜਦ ਬਰਥਡੇ ਨੂੰ ਆਏ ਤੇ ਉਸ ਤੋਂ ਬਾਅਦ ਮੈਂ ਬਾਅਦ 'ਚ ਵੀ ਆਇਆ ਤਾ ਇੱਕ ਵਾਰੀ। ਬਾਈ ਅੱਜ ਦੇ ਐਗਜੀਕਿਊਟਰ ਸਾਹਿਬ ਇਹ ਨੇ ਜਿਹਨਾਂ ਦੀ ਬੜੀ ਮਿਹਰਬਾਨੀ ਹੈ, ਫਿਲਮ ਲੈ ਕੇ ਆਏ ਸਾਨੂੰ। ਪਤਾ ਨਹੀਂ ਕਿੱਥੇ ਲੱਗੀ ਵੀ ਹੋਣੀ, ਆ ਦੇਖ ਕੇ ਜੀ। ਉਹ ਨੋਰਮਲ ਹੈ ਜੀ, ਮੈਂ ਵਧੀਆ ਮੈਂ ਦੇਖਣੀ ਵਾਲੇ, ਆਪਾਂ ਡਾਊਨਲੋਡ ਕਰਕੇ ਦੇਖਣੇ ਵਾਲੇ ਆ। ਇੰਨੀ ਦੂਰ ਜ਼ਿਆਦਾ ਹੋ ਗਿਆ, ਉਹਨੇ ਰੱਖਣਾ ਪੈਣਾ ਕੈਮਰਾ। ਸ਼ਕਲ ਆ ਰਹੀ ਹੈ, ਗੱਦੀ ਆ ਰਹੀ ਹੋਣੀ। ਹੈਪੀ ਨਹੀਂ ਬੰਦ ਕਰੀ ਤੇਰੀ ਬੋਲੀ ਸ਼ਕਲ ਆ ਰਹੀ ਹੈ। ਬੱਚਿਓ ਅੱਗੇ ਚਲੋ 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 ਚਲੋ। ਉਹ ਸੀਟ ਕਿਹੜੀ ਹੈ ਵੈਸੇ ਹੈਪੀ? ਵਾਹ ਟਾਟਾ ਟਾਟਾ। ਲੋ ਬਾਬੂ ਆਏ, ਪਾਣੀ ਪੀਣ ਇੰਟਰਵਲ ਹੋਇਆ, ਹੁਣ ਪਾਣੀ ਪੂਣੀ ਪੀਂਦੇ। ਇੱਕ ਮਿੰਟ, ਅਲਟਰਾ ਵਾਈਡ ਮੈਂ, ਹਾਂ ਯਾਰ ਇਹਦਾ ਵੀ ਚੈੱਕ ਕਰਨਾ ਪੈਂਦਾ ਕਿ ਅਲਟਰਾ ਵਾਈਡ ਮੈਂ, ਕਿਉਂਕਿ ਬਾਹਰ ਤੋਂ ਦੂਰ ਤੋਂ ਇਹ ਚੱਕਦਾ ਨਹੀਂ ਹੈਗਾ। ਅਸੀਂ ਪਾਣੀ ਪੂਣੀ ਪੀਏ ਅਤੇ ਫਿਰ ਬੈਠਦੇ ਬੈਠਦੇ। ਬਾਕੀ ਬਾਬੇ ਸੋ ਫਾਰ ਹਾਲੇ ਤੱਕ ਤਾਂ ਫਿਲਮ ਵਧੀਆ ਹੈ, ਦੇਖ ਲਈ ਅਤੇ ਪਰਨਾ ਫਿਰ ਬੈਠੇ ਬੈਠੇ ਨੇ ਬਹੁਤ ਢਿੱਲਾ ਕਰ ਲਿਆ, ਸਿਰ ਦੁਖਣ ਲੱਗਿਆ ਭਾਈ, ਉਹਦੇ ਕਰਕੇ ਪਰਨਾ ਚੱਕਿਆ ਤਾਂ ਢਿੱਲਾ ਹੀ ਹੋ ਗਿਆ। ਮਾੜਾ ਜਿਹਾ ਲੜ ਖਿੱਚ ਕੇ ਆਪਾਂ ਸੈੱਟ ਕਰ ਲਿਆ, ਬਾਕੀ ਹੁਣ ਚੱਲੀਏ ਵਾਪਸ ਫਿਰ ਤੇ ਰੈਸਟ ਆਫ ਦੀ ਵੀਡੀਓ ਫਿਲਮ ਦੇਖ ਕੇ ਘਰ ਵਾਪਸੀ। ਮੈਂ ਆਉਂਦਾ ਬਾਬੇ, ਔਰ ਇੰਟਰਵਿਊ ਦੀ ਤਿਆਰੀ ਫੁੱਲ ਹੋਈ ਵੀ ਹੈ, ਬਟ ਆਪਾਂ ਹੈਪੀ ਨੂੰ ਦੇਖ ਰਹੇ ਹੋ ਕਿੱਥੇ ਆ ਰਿਹਾ। ਦੇਖੇ ਆਪਣੇ ਚੰਨ ਉਹ ਕਿੱਥੇ ਆਉਂਦੇ, ਉਹ ਆਉਂਦਾ ਬਾਈ, ਉਹ ਦੇਖੋ ਬਾਈ ਜੀ, ਜੋ ਸਾਡਾ ਚੱਜ ਗਿਆ ਨਹੀਂ ਹੋ ਰਿਹਾ, ਪਰ ਕਹਿੰਦੇ ਜਿਵੇਂ ਚਿੱਟੇ ਚੋਲ ਜਿਨ੍ਹਾਂ ਨੇ ਆਪਣੇ ਕੀਤੇ ਨਹੀਂ, ਰੱਬ ਨੇ ਬਣਾਈਆਂ ਜੋੜੀਆਂ, ਸਾਡਾ ਚਿੱਟਾ ਚੋਲ ਤੁਰਦਾ ਆ ਰਿਹਾ ਬਾਈ, ਉਹ ਦੇਖੋ ਆ ਗਿਆ ਆਪਣਾ ਚਿੱਟਾ ਚੋਲ। ਏ ਹੈਪੀ ਇਗਨੋਰ ਮਾਰਦਾ, ਰਿਕਾਰਡਿੰਗ ਨਹੀਂ ਹੋਇਆ, ਰਿਕਾਰਡਿੰਗ ਨਹੀਂ ਹੋਇਆ ਯਾਰ, ਰਿਕਾਰਡਿੰਗ ਨਹੀਂ ਹੋਇਆ ਯਾਰ। ਲੋ ਬਾਬੇ ਆਪਾਂ ਨੂੰ ਮਿਲੇ ਆਪਣੇ ਕੋਲੇ ਦੇ ਦੋਸਤ ਸੂਰਜ ਬਾਈ, ਇਹ ਸਾਡੇ ਕੋ ਪਾਰਟਨਰ ਨੇ ਇੰਡ ਕੋਪ ਕੇਜਰੀ ਫਿਲਮ ਵਧੀਆ ਰਹੀ। ਪੀਜੀਆਂ ਦੀ ਪਾਰਟੀ ਹੋ ਰਹੀ ਹੈ, ਹੈਪੀ ਬਾਈ ਦੇ ਸਿਨੇਮੈਟਿਕ, ਅਤੇ ਬਾਕੀ ਆਪਾਂ ਪਿਆਜ ਵਾਲੇ, ਇਹ ਸਵੀਟ ਕੋਰਨ ਵਾਲੇ। ਬਾਬੇ ਖਾ ਪੀ ਕੇ ਹੋ ਗਏ ਆਪਾਂ ਹੁਣ ਵਿਹਲੇ ਘਰ, ਪੜ੍ਹ ਘੁੰਮਣਾ ਨਹੀਂ, ਘੁੰਮਣਾ ਨਹੀਂ ਲਈ ਹੋਏ ਕਿੱਥੇ ਗਏ ਆਪਣੇ ਵਾਲੇ ਅਰੇ। ਹੈਪੀ ਬਾਈ ਵਾਓ, ਮੈਕ ਡੋਨਰ ਮੈਕ ਹੈ ਕਿਆ, ਬਰਗਰ ਕਿੰਗ ਨਵੇੜਤਾ। ਲਓ ਵੀ ਬਾਬਿਓ ਖਾ ਪੀ ਹੋ ਵਿਹਲੇ, ਅਤੇ ਸੂਰਜ ਬਾਈ ਆਪਣਾ ਆਪਣੇ ਰਾਹ ਹੋ ਗਿਆ। ਕਰੋਨਾ ਮਰ ਕੇ ਜੀ ਹੈ ਕਿਹੜੀ ਕਰੋਨਾ, ਉਹ ਯਾਰ ਦਿਲ ਨਹੀਂ ਨਾ ਭਰਦਾ ਉਹਨੂੰ ਦੇਖ ਕੇ, ਸਮਝਣੇ ਵਾਲੇ ਸਮਝ ਗਏ ਉਹਨੇ।
ਬਟ ਇੱਧਰੋਂ ਹੀ ਜਾਣਾ ਫਿਰ ਵੀ ਲਿਫਟ ਤਾਂ ਉੱਧਰ ਹੀ ਤਾਂ ਬਾਬਾ ਜੀ ਅਗਲਾ ਦਿਨ ਫਿਰ ਚੜ੍ਹਿਆ ਇੱਕ ਮਿੰਟ ਕੈਮਰਾ ਸਾਫ਼ ਕਰੀਏ ਹਾਂ ਤਾਂ ਅਗਲਾ ਦਿਨ ਫਿਰ 'ਤੇ ਚੜ੍ਹਿਆ ਆਪਾਂ ਦੀ ਤਿਆਰੀ ਹੈ ਅੱਜ 1 ਤਰੀਕ ਹੈ ਇਲੈਕਸ਼ਨ ਦਿਨ ਹੈ ਗਲੀ ਪਹਿਲਾਂ ਤਾਂ ਕਹਿੰਦੇ ਭੀੜ ਵਾਲੀ ਸੀ ਦੁਪਹਿਰ ਦੇ 12 1 ਵਜਣੇ ਵਾਲਾ ਹੋ ਗਿਆ ਵੈਸੇ ਵਧੀਆ ਹੁਣ ਚੱਲੀਏ ਟੈਂਟ ਟੁੰਟ ਲੱਗੇ ਵੇ ਇੱਧਰ ਮੇਲਾ ਕਹਿੰਦੇ ਦੁਪਹਿਰੇ ਸਵੇਰੇ ਤਾਂ ਭੀੜ ਹੋਣੀ ਸੀ ਵੈਸੇ ਵੀ ਸਵੇਰੇ ਹੁਣ ਚੱਲਿਆ ਬਾਕੀ ਦੇਖਦੇ ਹੈ ਕਿਆ ਬਣਦਾ ਹੈ ਕਿਆ ਨਹੀਂ ਪਰਚੀ ਪੁਰਚੀਆਂ ਬਣਾ ਹੈਗਾ ਪਹਿਲਾਂ ਮੈਂ ਆਪਣਾ ਵੋਟਰ ਆਈ ਡੀ ਕਾਰਡ ਖੋਤਾ ਤਾ ਹੁਣ ਮਸਾ ਲੱਭਿਆ ਤਿਆਰ ਤਿਆਰ ਹੋ ਕੇ ਚੱਲੀਏ ਬਾਕੀ ਫੋਨ ਆਪਾਂ ਨੇ ਮੋਟੇ ਨੂੰ ਦੇ ਦੇਣਾ ਬਾਹਰ ਲੱਗੇ ਵੇ ਟੈਂਟ ਇੱਧਰ ਆਪਣਾ ਸਰਕਾਰੀ ਸਕੂਲ ਉਹਦੇ ਵੀ ਆਪਣੀ ਫੋਟਾ ਉਹ ਮੋਟਾ ਜੀ ਆਪਾਂ ਮੋਟੇ ਨੂੰ ਫੋਨ ਪਾ ਦਈਏ ਪਿੱਛੇ ਪੁਲਿਸ ਵਾਲੇ ਖੜੇ ਤਾੜੀ ਚੜ ਲੱਗਦਾ ਬਈ ਪੁਲਿਸ ਵਾਲੇ ਨੇ ਮੂਹਰੇ ਕੈਮਰਾ ਕੱਢਣ ਫੜਾ ਦੇ ਲਓ ਵੀ ਬਾਬੇ ਪਹਿਲੀ ਵੋਟ ਦਾ ਪਹਿਲਾ ਸਰਟੀਫਿਕੇਟ ਨਜ਼ਾਰੇ ਬਣੇ ਪਏ ਨੇ ਆਪਾਂ ਨੇ ਵੋਟ ਪਾਤੀ ਨਿਸ਼ਾਨ ਵੀ ਲੱਗ ਗਿਆ ਜੀ ਆਪਾਂ ਦੇ ਆਪਾਂ ਦਾ ਸਪੈਸ਼ਲ ਸਮਝਣ ਹੋਊਗਾ ਬਾਕੀ ਹੁਣ ਚੱਲੀਏ ਅਤੇ ਹੈਪੀ ਨੂੰ ਫੋਨ ਕਰਦਾ ਹਾਲੇ ਮੈਂ ਪਹਿਲਾਂ ਸਟੂਡੀਓ ਤੋਂ ਪੁਰਾਣੀਆਂ ਕਲਿੱਪਾਂ ਲੈਣੀਆਂ ਅਤੇ ਵੀਡੀਓ ਐਡਿਟ ਕਰਨ ਬੈਠੀ ਹੈ ਯਾਰ 2 ਦਿਨ ਲੱਗ ਜਾਣੇ ਹੁਣ ਮੈਨੂੰ ਵੀਡੀਓ ਐਡਿਟ ਕਰ ਦੇਣ ਆਪੇ ਦੇਖ ਲਿਓ ਕਿੱਦਣ ਵੀਡੀਓ ਆ ਰਹੀ ਅੱਜ 1 ਤਰੀਕ ਹੋ ਗਈ ਵੀਡੀਓ ਉਸ ਹਿਸਾਬ ਨਾਲ ਦੇਖ ਲਿਓ ਯਾਰ ਇੰਨਾ ਥੋੜ੍ਹਾ ਟਾਈਮ ਲੱਗ ਜਾਂਦਾ ਕਿਉਂਕਿ ਫੋਨ ਦਾ ਇਸ਼ੂ ਮੈਨੂੰ ਬਹੁਤ ਪੈ ਰਿਹਾ ਹੈ ਕਿਉਂਕਿ ਜੇ ਉਹ ਠੀਕ ਹੋ ਜਾਵੇ ਨਾ ਚੀਜ਼ ਜਿਹੜੀ ਮੈਂ ਸੈੱਟ ਕਰਾਉਣੀ ਫਿਰ ਕੋਈ ਇਸ਼ੂ ਨਹੀਂ ਆਪਾਂ ਨੂੰ ਬਾਕੀ ਆਲ ਦੀ ਬੈਸਟ ਹੈ ਹੁਣ ਪਹਿਲਾਂ ਹੈਪੀ ਕੋਲ ਚੱਲੀਏ ਬਹੁਤ ਜੀ ਮੈਂ ਲਾਇਣ ਲੱਗਿਆ ਫਿਰ ਪਿੱਛੇ ਤੱਕ ਗੱਡੀਆਂ ਟਰਾਲੀਆਂ ਟਰੋਲੀਆਂ ਕਿਆ ਉਹ ਝੰਡੇ ਝੁੰਡੇ ਜਿਹੇ ਲਾਏ ਹੋਏ ਆ ਬਾਕੀ ਹੁਣ ਚੱਲੇ ਹੈਪੀ ਕੋਲ ਭਗਵਾਨ ਵੀਡੀਓ ਇਸ ਟ੍ਰਾਂਸਫਰ ਕਰਾ ਲਈ ਆਈਏ ਅਤੇ ਉਸ ਤੋਂ ਬਾਅਦ ਰੋਟੀ ਰੋਟੀ ਖਾਈ ਸਵੇਰ 'ਚ ਰੋਟੀ ਨਹੀਂ ਖਾਈ ਸੁੱਤਾ ਪਿਆ ਤਾ ਨਾਨੂ ਕਿ ਫਿਰ ਆਪਣਾ ਵੋਟ ਪਾਉਣ ਨੂੰ ਗਿਆ ਪਿਆ ਸਭ ਤੋਂ ਪਹਿਲਾਂ ਬਾਕੀ ਮੈਂ ਕਹਿ ਰਿਹਾ ਤਾਂ ਮੇਰਾ ਨਾ ਜੀਅ ਕਰਦਾ ਕਿ ਚਵਲ ਮਾਰ ਕੇ ਬਲੌਗ ਬਣਾਈ ਕਰੀਏ ਪਰ ਡਰ ਲੱਗਦਾ ਚਵਲ ਜ਼ਿਆਦਾ ਨਾ ਵੱਜ ਜਾਵੇ ਕਿਉਂਕਿ ਫਲੋ ਫਲੋਮਾਂ ਬੋਲੀ ਵਿੱਚ ਜੀ ਕਦੀ ਕਦੀ ਪਤਾ ਨਹੀਂ ਕਿਤੇ ਕਿਤੇ ਕਿੱਥੇ ਕਿਹਨੂੰ ਕਿਹਨੂੰ ਹਿੱਟ ਕਰ ਜਾਵੇ ਬਾਕੀ ਨੈਵਰ ਬੀ ਲੈਸ ਹੁਣ ਚੱਲੀਏ ਆਪਾਂ ਟ੍ਰਾਂਸਫਰ ਟ੍ਰੂਸਫਰ ਕਰਾਈਏ ਵੀਡੀਓ ਕਿੰਨਾ ਅਜੀਬ ਲੱਗ ਰਿਹਾ ਹੋਏ ਹੈਪੀ ਕਮੈਂਟ ਕਰੋ ਕੁਛ ਨਾ ਮੁੰਡੀ ਕੱਟਦਾ ਬਾਈ ਮੁੰਡੀ ਕੱਟਦੇ ਬਾਈ ਕਿਆ ਅਜੀਬ ਲੱਗ ਰਿਹਾ 4K 4K ਵਧੀਆ ਕੁਆਲਿਟੀ ਆਈ ਸੀ ਪੁਰਾਣੇ ਵਾਲਾ ਫੋਨ ਬਾਈ ਇਹ A51 ਇਹਦੀ ਕੁਆਲਿਟੀ ਹੈ ਇਹਦੀ ਕੁਆਲਿਟੀ ਦੇਖ ਲਓ ਜਿਹੜਾ ਜਿਹਦੇ ਨਾਲ ਬਣਾ ਰਿਹਾ ਹਾਂ ਯਾਰ ਬੜਾ ਅਜੀਬ ਲੱਗਦਾ ਯਾਰ ਆਪਣਾ ਬਲੌਗ ਬੜੀ ਸਕਰੀਨ ਮੈਂ ਦੇਖਣ ਵਧੀਆ ਲੱਗਿਆ ਵੈਸੇ ਜੀ ਅਤੇ ਇੱਕੇ ਮੈਂ ਅੱਜ ਤੱਕ ਬਲੌਗ 4K ਮੈਂ ਪਾਇਆ ਮੈਂ ਦੇਖਿਆ ਜਿਹੜਾ ਅਨਮੋਲ ਬਾਈ ਦੀ ਯਾਰ BMW ਦੀ ਡਿਲੀਵਰੀ 'ਤੇ X7 ਦੀ ਤਦ ਦਾ ਉਹੀ ਬਲੌਗ ਮੇਰਾ 4K ਮੈਂ ਬਾਕੀ ਤਾਂ ਮੇਰੇ ਨੋਰਮਲ ਉਦੋਂ ਹੀ ਚੱਲੀ ਗਏ ਬਾਕੀ ਆਪਣੀ ਵੀਡੀਓ ਟ੍ਰਾਂਸਫਰ ਹੋਊਗੀ ਅਤੇ ਹੁਣ ਘਰ ਜਾ ਕੇ ਐਡਿਟ ਕਰਨ ਬੈਠੂੰਗੇ ਬਟ ਉਸ ਤੋਂ ਪਹਿਲਾਂ ਰੋਟੀ ਖਾਊਂਗੇ ਬਾਕੀ ਆਹ ਵੀਡੀਓ 'ਤੇ ਇੰਨਾ ਰੱਖਦਾ ਪਤਾ ਨਹੀਂ ਕਿੰਨੀ ਕਹੀ ਜੀ ਬਣੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਣਾ ਬਾਈ ਬਾਕੀ ਮਿਹਨਤ ਮੇਰੀ ਰਹਿਮਤ ਤੁਸੀਂ ਹੈ ਆਪਾਂ ਮਿਹਨਤ ਕਰਦੇ ਰਹੂੰਗੇ ਅਤੇ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਤੁਸੀਂ ਨਾ ਭੁੱਲਿਓ ਅਤੇ ਮਿਲਾਂਗੇ ਹੋਰ ਕਿਸੇ ਨਵੀਂ ਵੀਡੀਓ 'ਚ ਤਦ ਤੱਕ ਵੀ ਟਾਟਾ ਗੁੱਡ ਬਾਏ ਸੀ ਯੂ ਅਤੇ ਵੀਡੀਓ ਦੱਸ ਦਿਓ ਬਾਈ ਕਮੈਂਟ ਕਮੁੰਟ ਕਰਦੇ ਕਰੋ ਯਾਰ ਪਲੀਜ਼ ਬੇਨਤੀ ਹੈ ਜੀ।